ਵੱਡੀ ਗਿਣਤੀ ਲੋਕਾਂ ਵੱਲੋਂ ਲੰਮੇ ਚਿਰ ਤੋਂ ਉਡੀਕ ਕੀਤੀ ਜਾ ਰਹੀ ਸੀ ਕਿ ਬਾਇਓਮੈਟ੍ਰਿਕ ਸਰਵਿਸ ਕਦੋਂ ਮੁੜ ਤੋਂ ਸ਼ੁਰੂ ਹੋਵੇਗੀ ਅਤੇ ਹੁਣ ਸਰਵਿਸ ਕੈਨੇਡਾ ਦੇ ਸੈਂਟਰਸ ਦੇ ਉੱਤੇ ਬਾਇਓਮੈਟ੍ਰਿਕ ਸਰਵਿਸ ਨੂੰ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਮੀਗ੍ਰੇਸ਼ਨ ਵਿਭਾਗ ਨੇ ਅੱਜ ਹੀ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਪਹਿਲਾਂ ਇਹ ਸਰਵਿਸ ਉਹਨਾਂ ਵਾਸਤੇ ਸ਼ੁਰੂ ਹੋ ਰਹੀ ਹੈ ਜਿਨ੍ਹਾਂ ਨੇ PR ਦੇ ਲਈ ਫਾਈਲਾਂ ਲਗਾਈਆਂ ਹੋਈਆਂ ਨੇ ਅਤੇ ਉਹਨਾਂ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਬਾਇਓਮੈਟ੍ਰਿਕ ਦੇ ਵਾਸਤੇ ਕਿਹਾ। ਜਿਨ੍ਹਾਂ ਨੂੰ BIL ਯਾਨੀ ਕਿ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਮਿਲੇ ਨੇ, ਜਿਸ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਜਦੋਂ ਤੱਕ ਉਹਨਾਂ ਦੇ ਨੇੜਲੇ ਥਾਵਾਂ ਦੇ ਉੱਤੇ ਬਾਇਓਮੈਟ੍ਰਿਕ ਇਕੱਠੇ ਕਰਨੇ ਸ਼ੁਰੂ ਨਹੀਂ ਕੀਤੇ ਜਾਂਦੇ ਉਦੋਂ ਤੱਕ ਦੀ ਉਹਨਾਂ ਨੂੰ ਸਮੇਂ ਦੀ ਛੋਟ ਹੈ। ਇੱਥੇ ਜ਼ਿਕਰਯੋਗ ਹੈ ਕਿ ਸਰਵਿਸ ਕੈਨੇਡਾ ਦੇ ਆਫਿਸਰਸ ਦੇ ਵੱਲੋਂ ਖੁਦ ਫੋਨ ਕੀਤਾ ਜਾਵੇਗਾ ਉਹਨਾਂ ਫੋਨ ਨੰਬਰਸ ਦੇ ਉੱਤੇ ਜੋ ਤੁਸੀਂ ਆਪਣੀ ਅਰਜ਼ੀ ਦੇ ਵਿੱਚ ਦਿੱਤੇ ਹੋਏ ਨੇ, ਅਤੇ ਬਾਇਓਮੈਟ੍ਰਿਕ ਲਈ ਅਪੁਆਇੰਟਮੈਂਟ ਬਣਾਈ ਜਾਵੇਗੀ। ਇਸ ਦੇ ਨਾਲ ਹੀ ਜਿਹੜੀਆਂ ਪੁਰਾਣੀਆਂ ਚਿੱਠੀਆਂ ਆਈਆਂ ਹੋਈਆਂ ਨੇ ਉਹਨਾਂ ਦੇ ਆਧਾਰ 'ਤੇ ਹੀ ਫੋਨ ਆਉਣਗੇ। ਨਵੀਂ ਕੋਈ BIL ਦੀ ਚਿੱਠੀ ਨਹੀਂ ਆਉਣੀ ਹੈ ਅਤੇ ਨਾ ਹੀ ਕੋਈ ਇਸ ਦੇ ਵਾਸਤੇ ਹੋਰ ਜ਼ਿਆਦਾ ਫੀਸ ਭਰਨੀ ਪੈਣੀ ਹੈ। ਇੱਥੇ ਇਹ ਵੀ ਕਿਹਾ ਗਿਆ ਕਿ ਜਦੋਂ ਤੱਕ ਸਰਵਿਸ ਕੈਨੇਡਾ ਦਾ ਆਫਿਸਰ ਤੁਹਾਨੂੰ ਖੁਦ ਫੋਨ ਕਰਕੇ ਤੁਹਾਡੀ ਅਪੁਆਇੰਟਮੈਂਟ ਨੂੰ ਸਕੈਜੂਲ ਨਹੀਂ ਕਰਦਾ, ਉਦੋਂ ਤੱਕ ਤੁਸੀਂ ਸਰਵਿਸ ਕੈਨੇਡਾ ਦੇ ਦਫ਼ਤਰ ਵਿੱਚ ਨਾ ਜਾਓ। ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜੇਕਰ ਜਿਹੜੀ ਤੁਸੀਂ ਆਪਣੀ PR ਦੀ ਫਾਈਲ ਲਗਾਈ ਹੈ ਉਹਦੇ ਵਿੱਚ ਤੁਹਾਡਾ ਆਪਣਾ ਫੋਨ ਨੰਬਰ ਨਹੀਂ ਹੈ, ਤਾਂ ਜਿਹੜੇ ਵੀ ਵਿਅਕਤੀ ਦਾ ਫੋਨ ਨੰਬਰ ਹੈ ਜੋ ਤੁਹਾਡੀ ਫਾਈਲ ਲਾਉਣ ਦੇ ਵਿੱਚ ਰਿਪ੍ਰੈਜੈਂਟੇਟਿਵ ਦੇ ਵਜੋਂ ਤੁਹਾਡੀ ਮਦਦ ਕਰ ਰਿਹਾ, ਤਾਂ ਉਸਨੂੰ ਫੋਨ ਕੀਤਾ ਜਾਵੇਗਾ ਸਰਵਿਸ ਕੈਨੇਡਾ ਦੇ ਆਫਿਸਰ ਵੱਲੋਂ ਅਤੇ ਉਸਨੂੰ ਦੱਸਿਆ ਜਾਵੇਗਾ ਕਿ ਤੁਹਾਡੇ ਵਾਸਤੇ ਬਾਇਓਮੈਟ੍ਰਿਕ ਦੇ ਲਈ ਕਿਹੜੀ ਤਰੀਕ ਅਤੇ ਕਿਹੜਾ ਸਮਾਂ ਰੱਖਿਆ ਗਿਆ ਜਦੋਂ ਤੁਸੀਂ ਬਾਇਓਮੈਟ੍ਰਿਕ ਕਰਵਾਉਣੇ ਨੇ। ਫਿਲਹਾਲ ਦੇ ਲਈ ਇਹ ਸਰਵਿਸ ਸਿਰਫ ਉਹਨਾਂ ਲਈ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਨੇ PR ਦੀਆਂ ਫਾਈਲਾਂ ਲਗਾਈਆਂ ਹੋਈਆਂ ਨੇ, ਅਤੇ ਸਰਵਿਸ ਕੈਨੇਡਾ ਦੇ ਅਧਿਕਾਰੀ ਖੁਦ ਤੁਹਾਨੂੰ ਸੰਪਰਕ ਕਰਨਗੇ, ਤੁਹਾਨੂੰ ਕਿਸੇ ਨਾਲ ਵੀ ਸੰਪਰਕ ਕਰਨ ਦੀ ਲੋੜ ਨਹੀਂ ਹੈ। ਸਭ ਤੋਂ ਪਹਿਲਾਂ ਉਹਨਾਂ ਨੂੰ ਫੋਨ ਕੀਤਾ ਜਾ ਰਿਹਾ ਹੈ ਜੋ ਕਿ ਕਾਫੀ ਜ਼ਿਆਦਾ ਲੰਮੇ ਚਿਰ ਤੋਂ ਬਾਇਓਮੈਟ੍ਰਿਕਸ ਦੀ ਉਡੀਕ ਕਰ ਰਹੇ ਸਨ। ਇਸ ਦੇ ਨਾਲ ਹੀ ਸਰਵਿਸ ਕੈਨੇਡਾ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਤੁਸੀਂ ਅਜਿਹੇ ਖੇਤਰਾਂ ਦੇ ਵਿੱਚ ਰਹਿੰਦੇ ਹੋ ਜਿੱਥੇ ਬਹੁਤ ਸਾਰੇ ਲੋਕਾਂ ਦੇ ਵੱਲੋਂ PR ਦੀਆਂ ਫਾਈਲਾਂ ਲਗਾਈਆਂ ਗਈਆਂ ਸਨ ਅਤੇ ਬਾਇਓਮੈਟ੍ਰਿਕ ਕਲੈਕਸ਼ਨ ਕਾਫੀ ਜ਼ਿਆਦਾ ਕਰਨੀ ਹੈ, ਤਾਂ ਹੋ ਸਕਦਾ ਕਿ ਸਰਵਿਸ ਕੈਨੇਡਾ ਦੇ ਵੱਲੋਂ ਤੁਹਾਨੂੰ ਥੋੜ੍ਹੇ ਚਿਰ ਦੇ ਬਾਅਦ ਫੋਨ ਕੀਤਾ ਜਾਵੇ। ਇਸ ਦੇ ਲਈ ਕੁਝ ਚਿਰ ਲੱਗ ਸਕਦਾ, ਪਰ ਫਿਰ ਵੀ ਅਧਿਕਾਰੀਆਂ ਦੇ ਵੱਲੋਂ ਫੋਨ ਕੀਤੇ ਜਾਣਗੇ ਅਤੇ ਨਾਲ ਹੀ ਬਾਇਓਮੈਟ੍ਰਿਕ ਦੇ ਵਾਸਤੇ ਅਪੁਆਇੰਟਮੈਂਟਸ ਬਣਾਈਆਂ ਜਾਣਗੀਆਂ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜੇਕਰ ਤੁਸੀਂ ਜਿਹੜਾ ਵੀ ਤੁਹਾਡੀ ਅਪੁਆਇੰਟਮੈਂਟ ਦਾ ਸਮਾਂ ਸਕੈਜੂਲ ਕੀਤਾ ਜਾਵੇਗਾ ਸਰਵਿਸ ਕੈਨੇਡਾ ਦੇ ਵੱਲੋਂ, ਜੇਕਰ ਤੁਸੀਂ ਸਮੇਂ ਸਿਰ ਪਹੁੰਚ ਨਹੀਂ ਪਾਉਂਦੇ ਜਾਂ COVID-19 ਦੇ ਕਰਕੇ ਕਿਸੇ ਦਿੱਕਤ ਦਾ ਸਾਹਮਣਾ ਕਰ ਰਹੇ ਹੋ ਕਿ ਤੁਸੀਂ ਉਸ ਅਪੁਆਇੰਟਮੈਂਟ ਦੇ ਸਮੇਂ 'ਤੇ ਨਹੀਂ ਪਹੁੰਚ ਸਕੇ, ਤਾਂ ਫਿਰ ਮੁੜ ਤੋਂ ਸਰਵਿਸ ਕੈਨੇਡਾ ਦੇ ਆਫਿਸਰ ਦੇ ਵੱਲੋਂ ਤੁਹਾਨੂੰ ਫੋਨ ਕੀਤਾ ਜਾਵੇਗਾ ਅਤੇ ਤੁਹਾਡੀ ਅਪੁਆਇੰਟਮੈਂਟ ਨੂੰ ਮੁੜ ਤੋਂ ਸਕੈਜੂਲ ਕੀਤਾ ਜਾਵੇਗਾ। ਇਸ ਦੇ ਲਈ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ ਹੈ। ਅਤੇ ਸਭ ਤੋਂ ਅਹਿਮ ਗੱਲ ਇਹ ਕਿ ਜਦੋਂ ਵੀ ਬਾਇਓਮੈਟ੍ਰਿਕ ਦੀ ਅਪੁਆਇੰਟਮੈਂਟ ਸਕੈਜੂਲ ਕਰਨ ਵਾਸਤੇ ਸਰਵਿਸ ਕੈਨੇਡਾ ਤੋਂ ਆਫਿਸਰ ਤੁਹਾਨੂੰ ਫੋਨ ਕਰੇਗਾ ਤਾਂ ਤੁਹਾਨੂੰ ਉਹ ਕੁਝ ਸਵਾਲ ਪੁੱਛੇਗਾ, ਜਿਸ ਦੇ ਵਿੱਚ ਸਭ ਤੋਂ ਪਹਿਲਾ ਸਵਾਲ ਹੋਵੇਗਾ ਕਿ ਤੁਸੀਂ ਆਪਣੀ IRCC ਐਪਲੀਕੇਸ਼ਨ ਨੰਬਰ ਦੱਸਣਾ, ਜੋ ਕਿ BIL ਯਾਨੀ ਕਿ ਜੋ ਬਾਇਓਮੈਟ੍ਰਿਕ ਦੇ ਵਾਸਤੇ ਤੁਹਾਨੂੰ ਚਿੱਠੀ ਆਈ ਹੈ ਉਸ ਚਿੱਠੀ ਦੇ ਉੱਪਰ ਲਿਖਿਆ ਹੋਇਆ ਉਹ ਨੰਬਰ ਤੁਸੀਂ ਆਫਿਸਰ ਨੂੰ ਦੱਸਣਾ। ਅਤੇ ਨਾਲ ਹੀ ਉਹ ਤੁਹਾਨੂੰ ਇਹ ਵੀ ਪੁੱਛੇਗਾ ਕਿ ਤੁਸੀਂ ਕਿਹੜੇ ਸਮੇਂ ਦੇ ਵਿੱਚ ਆਉਣਾ ਚਾਹੁੰਦੇ ਹੋ ਬਾਇਓਮੈਟ੍ਰਿਕ ਦੇ ਵਾਸਤੇ, ਤਾਂ ਉਸ ਹਿਸਾਬ ਦੇ ਨਾਲ ਉਹ ਤੁਹਾਡੀ ਅਪੁਆਇੰਟਮੈਂਟ ਬਣਾ ਦੇਵੇਗਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਰਵਿਸ ਕੈਨੇਡਾ ਦੇ ਸਾਰੇ ਦਫ਼ਤਰਾਂ ਦੇ ਵਿੱਚ ਬਾਇਓਮੈਟ੍ਰਿਕ ਇਕੱਠੇ ਨਹੀਂ ਕੀਤੇ ਜਾ ਰਹੇ, ਸਿਰਫ ਕੁਝ ਦਫ਼ਤਰਾਂ 'ਚ ਕੀਤੇ ਜਾਂਦੇ ਨੇ, ਤਾਂ ਇਸੇ ਕਰਕੇ ਜਦੋਂ ਤੁਹਾਨੂੰ ਆਫਿਸਰ ਨੇ ਫੋਨ ਕਰਕੇ ਅਪੁਆਇੰਟਮੈਂਟ ਬਣਾਉਣੀ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਜਿਹੜਾ ਘਰ ਦੇ ਨੇੜੇ ਸਰਵਿਸ ਕੈਨੇਡਾ ਦਾ ਦਫ਼ਤਰ ਹੈ ਉੱਥੇ ਤੁਹਾਨੂੰ ਅਪੁਆਇੰਟਮੈਂਟ ਮਿਲੇ। ਅਧਿਕਾਰੀ ਉਸ ਹਿਸਾਬ ਦੇ ਨਾਲ ਅਪੁਆਇੰਟਮੈਂਟ ਦੇਵੇਗਾ ਜੋ ਤੁਹਾਡੇ ਨੇੜੇ ਸੈਂਟਰ ਹੋਵੇਗਾ ਅਤੇ ਉੱਥੇ ਬਾਇਓਮੈਟ੍ਰਿਕ ਦੀ ਸਰਵਿਸ ਸ਼ੁਰੂ ਕੀਤੀ ਗਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਰਵਿਸ ਕੈਨੇਡਾ ਦਾ ਅਧਿਕਾਰੀ ਤੁਹਾਨੂੰ ਫੋਨ ਕਰਕੇ ਪੈਸੇ ਕਦੀ ਨਹੀਂ ਮੰਗੇਗਾ, ਨਾ ਤੁਹਾਡੇ ਉੱਤੇ ਕੋਈ ਫਰੋਡ ਦੇ ਇਲਜ਼ਾਮ ਲਗਾਵੇਗਾ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਫਰੋਡ ਕਾਲਸ ਵੀ ਮਿਲਦੀਆਂ ਨੇ, ਤਾਂ ਕਿਤੇ ਬਾਇਓਮੈਟ੍ਰਿਕ ਦੇ ਨਾਮ ਦੇ ਉੱਤੇ ਤੁਹਾਨੂੰ ਕੋਈ ਅਜਿਹੀ ਫੋਨ ਕਾਲ ਆਉਂਦੀ ਹੈ ਤਾਂ ਉਸਦੇ ਉੱਤੇ ਯਕੀਨ ਨਾ ਕੀਤਾ ਜਾਵੇ, ਕਿਉਂਕਿ ਸਰਵਿਸ ਕੈਨੇਡਾ ਤੋਂ ਅਧਿਕਾਰੀ ਸਿਰਫ ਤੁਹਾਡੇ ਤੋਂ IRCC ਦਾ ਐਪਲੀਕੇਸ਼ਨ ਨੰਬਰ ਪੁੱਛੇਗਾ ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਅਪੁਆਇੰਟਮੈਂਟ ਵਾਸਤੇ ਸਮਾਂ ਬਣਾਵੇਗਾ ਕਿ ਕਿਹੜੇ ਸਮੇਂ ਤੁਸੀਂ ਆ ਸਕਦੇ ਹੋ। ਇਸ ਤੋਂ ਇਲਾਵਾ ਪੈਸਿਆਂ ਦੇ ਬਾਰੇ ਜਾਂ ਤੁਹਾਡੇ ਅਕਾਊਂਟ ਦੇ ਬਾਰੇ ਜਾਂ ਫਿਰ ਤੁਹਾਡੀ ਕੋਈ ਹੋਰ ਨਿੱਜੀ ਜਾਣਕਾਰੀ ਨਹੀਂ ਪੁੱਛੀ ਜਾਵੇਗੀ। ਜੇਕਰ ਕਿਸੇ ਦੇ ਵੱਲੋਂ ਫੋਨ ਕਰਕੇ ਬਾਇਓਮੈਟ੍ਰਿਕ ਦੇ ਨਾਮ ਦੇ ਉੱਤੇ ਅਜਿਹਾ ਕੀਤਾ ਜਾਂਦਾ, ਤੁਹਾਡੇ ਤੋਂ ਪੈਸਿਆਂ ਦੇ ਬਾਰੇ, ਤੁਹਾਡੇ ਅਕਾਊਂਟ ਦੇ ਬਾਰੇ, ਬੈਂਕ ਬਾਰੇ ਕੋਈ ਜਾਣਕਾਰੀ ਲਈ ਜਾਂਦੀ ਹੈ, ਤਾਂ ਤੁਸੀਂ ਆਪਣੇ ਆਪ ਉੱਥੇ ਚੌਕਸ ਹੋ ਜਾਵੋ ਕਿ ਉਹ ਸਰਵਿਸ ਕੈਨੇਡਾ ਤੋਂ ਅਧਿਕਾਰੀ ਨਹੀਂ ਹੈ, ਉਹ ਕੋਈ ਫਰੋਡ ਕਾਲ ਹੈ। ਅਤੇ ਇਸ ਦੇ ਬਾਰੇ ਜਿੰਨਾ ਜ਼ਿਆਦਾ ਹੋ ਸਕਦਾ ਤੁਸੀਂ ਅੱਗੇ ਤੋਂ ਅੱਗੇ ਜਾਣਕਾਰੀ ਜ਼ਰੂਰ ਪਹੁੰਚਾਵੋ ਕਿ ਕੋਈ ਵੀ ਕਿਸੇ ਫਰੋਡ ਕਾਲ ਦਾ ਸ਼ਿਕਾਰ ਨਾ ਹੋ ਜਾਵੇ। ਅਤੇ ਨਾਲ ਹੀ ਸਰਵਿਸ ਕੈਨੇਡਾ ਦੇ ਅਧਿਕਾਰੀਆਂ ਦੇ ਵੱਲੋਂ ਹੁਣ ਫੋਨ ਕਰਕੇ ਬਾਇਓਮੈਟ੍ਰਿਕ ਕਲੈਕਸ਼ਨ ਦੇ ਵਾਸਤੇ ਅਪੁਆਇੰਟਮੈਂਟਸ ਬਣਾਈਆਂ ਜਾ ਰਹੀਆਂ ਨੇ।